ਸ਼ੈਰੀ ਮਾਨ ਫਿਲਮ ਇੰਡਸਟਰੀ ਵਿੱਚ ਵਧੀਆ ਗਾਇਕ ਅਤੇ ਅਦਾਕਾਰ ਵਜੋਂ ਆਪਣੀ ਪਹਿਚਾਣ ਬਣਾ ਚੁੱਕੇ ਹਨ, ਪਰ ਹੁਣੇ ਉਹਨਾਂ ਵੱਲੋਂ ਆਪਣੀ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ, ਜਿਸ ਵਿੱਚ ਸ਼ੈਰੀ ਮਾਨ ਨੇ ਪੰਡਿਤ ਧਨੇਰਵਰ ਰਾਓ ਨੂੰ ਟੈਗ ਕਰਕੇ ਸ਼ਰੇਆਮ ਅਪਸ਼ਬਦ ਬੋਲੇ ਹਨ। ਜ਼ਰਾ ਤੁਸੀਂ ਵੀ ਇੱਕ ਵਾਰ ਇਸ ਪੋਸਟ ਨੂੰ ਦੇਖੋ ਅਤੇ ਇਹਨਾਂ ਸ਼ਾਰਟਕੱਟ ਵਿੱਚ ਲਿਖੇ ਅਪਸ਼ਬਦਾਂ 'ਤੇ ਨਜ਼ਰ ਮਾਰੋ। ਦਰਅਸਲ ਸੁਨੰਦਾ ਸ਼ਰਮਾ ਦੁਆਰਾ ਗਾਏ ਗਏ ਗੀਤ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਅਤੇ ਪੰਡਿਤ ਰਾਓ ਸਮੇਤ ਕੁਝ ਲੋਕਾਂ ਵੱਲੋਂ ਕਾਫ਼ੀ ਆਲੋਚਨਾ ਕੀਤੀ ਗਈ ਸੀ, ਜਿਸ ਤੋਂ ਬਾਅਦ ਸੁਨੰਦਾ ਸ਼ਰਮਾ ਵੱਲੋਂ ਪੰਡਿਤ ਰਾਓ ਨਾਲ ਲਿਖਤੀ ਰੂਪ ਵਿੱਚ ਵਾਅਦਾ ਕੀਤਾ ਗਿਆ ਕਿ ਉਹ ਸੱਭਿਆਚਾਰਕ, ਪਰਿਵਾਰਕ ਅਤੇ ਗੁਰੂ ਮਹਾਰਾਜ ਦੀਆਂ ਉਪਮਾ ਵਾਲੀਆਂ ਰਚਨਾਵਾਂ ਰਿਕਾਰਡ ਕਰਵਾਉਣ ਦਾ ਵਚਨ ਕਰਦੀ ਹੈ। ਇੱਕ ਉੱਘੇ ਗਾਇਕ ਅਤੇ ਅਦਾਕਾਰ ਦੁਆਰਾ ਕਿਸੇ ਵੀ ਸ਼ਖਸ ਪ੍ਰਤੀ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤਣੀ ਕਿੰਨੀ ਕੁ ਸਹੀ ਹੈ ਅਤੇ ਇਸ ਤਰ੍ਹਾਂ ਭੱਦੀ ਸ਼ਬਦਾਵਲੀ ਵਰਤਣ ਦਾ ਹੱਕ ਕਿਸੇ ਕੋਲ ਨਹੀਂ। ਬਿਊਰੋ ਰਿਪੋਰਟ, ਚੜ੍ਹਦੀ ਕਲਾ, ਟਾਈਮ ਟੀਵੀ।